ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹੋਰ ਕਿੱਦਾਂ, ਸਭ ਠੀਕ ਠਾਕ ਜੀ? ਵਧੀਆ ਜੀ। ਆਪਣਾ ਇਹ ਨਵਾਂ ਯੂਟਿਊਬ ਚੈਨਲ ਆ, ਸੋ ਹੁਣ ਇੱਥੇ ਆਪਾਂ ਤੁਹਾਨੂੰ ਸਾਰਿਆਂ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ, ਨਾਲੇ ਟਰੱਕਾਂ ਬਾਰੇ ਵੀਡੀਓ ਪਾਇਆ ਕਰਾਂਗੇ। ਹਾਂਜੀ, ਕਿੱਦਾਂ ਸਾਰੇ? ਠੀਕ ਠਾਕ ਜੀ। ਅੱਜ ਆਪਾਂ ਨਿਊ ਜਰਸੀ ਦਾ ਲੋਡ ਚੱਕਿਆ ਹੈਗਾ, ਇੱਥੇ ਰਸ਼ ਦੇ ਜੇ ਮੈਰੀਲੈਂਡ 'ਚ। ਅਤੇ ਆ ਜੀ ਆਪਣਾ ਟਰੱਕ ਕਲਾਸਿਕ, ਉਹ ਖੜ੍ਹਾ ਆ। ਇਹਨੂੰ ਇੱਥੇ ਰੋਟੀ ਪਾਣੀ ਛੱਕ ਕੇ ਫਿਰ ਨਿਕਲਦੇ ਹਾਂ ਜੀ, ਡਿਲੀਵਰੀ ਕਰਨੀ ਆ ਰਾਤ ਦੀ। ਉੱਦਾਂ 11 ਵਜੇ ਦੀ ਅਪੁਆਇੰਟਮੈਂਟ ਆ, ਪਹਿਲਾਂ ਵੀ ਜਾ ਕੇ ਕਰ ਸਕਦੇ ਹਾਂ। ਅਤੇ ਚਲੋ ਬਾਕੀ ਦਾ ਦੇਖ ਕੇ ਜਾ ਕੇ ਪਤਾ ਲੱਗਦਾ ਕਿ ਲੈਂਦੇ ਆ ਜਾਂ ਨਹੀਂ। ਸਾਰਿਆਂ ਨੂੰ ਜੀ ਗੁੱਡ ਮੋਰਨਿੰਗ। ਲੋਡ ਲਾ ਕੇ ਰੈਸਟੋਰੈਂਟ 'ਚ ਰੁਕੇ ਸੀਗੇ, ਟਰੱਕ ਖੜ੍ਹੇ ਆ ਨਾਲ ਦੇ ਆਪਣੇ ਸਾਰੇ ਭਰਾ ਵੀ। ਬਹੁਤ ਵੱਡਾ ਰੈਸਟੋਰੈਂਟ ਆ, ਇਹਦੇ ਬੈਕ ਸਾਈਡ 'ਤੇ ਵੀ ਖੜ੍ਹੇ ਆ ਟਰੱਕ ਬਹੁਤ ਜ਼ਿਆਦਾ। ਰੈਸਟ ਏਰੀਆ ਆ ਇਹ, ਵਰਜੀਨੀਆ ਦਾ ਰੈਸਟ ਏਰੀਆ, ਵਰਜੀਨੀਆ ਦਾ ਬਹੁਤ ਸੋਹਣਾ ਬਣਾਇਆ। ਫਿਰ ਮੈਂ ਤੇਲ ਪਾਣੀ ਚੈੱਕ ਕਰਕੇ ਫਰੈਸ਼ ਹੋਣ ਚਲ ਗਿਆ ਸੀ ਅੰਦਰ, ਟਰੱਕ ਸਟਾਰਟ ਕਰਕੇ ਹੈਗਾ। ਮੈਂ ਚੱਲ ਥੋੜ੍ਹਾ ਜਿਹਾ ਜਦ ਤੱਕ ਗਰਮ ਹੋ ਜੂਗਾ ਆਹ ਟਰੱਕ ਆਪਣਾ ਖੜਾ। ਸੀਗਾ ਉੱਥੇ ਵੀਡੀਓ ਬਣਾਉਣ ਦੀ ਕਿਤੇ ਇਜਾਜ਼ਤ ਨਹੀਂ ਹੈਗੀ, ਤੁਸੀਂ ਵੀਡੀਓ ਨਹੀਂ ਬਣਾ ਸਕਦੇ, ਤਾਂ ਕਰਕੇ ਬਣਾਈ ਨਹੀਂ। ਰਾਤੀ ਲੇਟ ਬਹੁਤ ਹੋ ਗਿਆ, ਫਿਰ ਮੈਂ ਇੱਥੇ ਪੈਨਸਿਲ ਵੀ ਨਹੀਂ ਆਉਂਦਾ ਹਾਈਓ 'ਤੇ ਪਹੁੰਚਿਆ ਮੈਂ, ਤਾਂ ਹੈਗਾ 76 ਰੂਟ 'ਤੇ ਆ ਮੈਂ। ਇੱਥੋਂ ਆਪਾਂ ਜਾਣਾ ਆ, ਪੈਨਸਿਲ ਵੀ ਨਹੀਂ ਹੈ, ਰਹਿ ਗਈ ਹੈ 60 ਮੀਲਾਂ ਰਹਿ ਗਈਆਂ। ਮੈਂ ਕੋਈ 2 ਵਜੇ ਰੁਕਿਆ ਸੀਗਾ ਇੱਥੇ ਆ ਕੇ, ਰਾਤੀ ਫਿਰ ਮੈਂ ਕੋਈ ਸਾਰਾ ਨਹੀਂ ਹੈਗਾ। ਫਰੈਸ਼ ਫਰੈਸ਼ ਹੋਣ ਨੂੰ ਕੰਪਨੀ ਹੈ, ਕਈ ਜਗ੍ਹਾ 'ਚ ਹੁੰਦੇ ਆ ਕੋਈ ਨਹੀਂ ਹੈਗੀ, ਤਾਂ ਕਿ ਇੱਥੇ ਰੋਕਿਆ ਕਿ ਫਰੈਸ਼ ਫਰੈਸ਼ ਹੋ ਕੇ ਨਿਕਲੂਗਾ। ਉਹ ਸੋਹਣਾ ਰੈਸਟ ਏਰੀਆ ਆਇਆ ਹੈ, ਰੈਸਟ ਏਰੀਆ ਵੀ ਆ ਅਤੇ ਪੰਪ ਵੀ ਆ ਸੁਨਾਖੋ ਦਾ।
ਕੰਪਨੀ 'ਚ ਲੋਡ ਲਾਉਣ, ਕੰਪਨੀ ਬੰਦ ਆ। ਬ੍ਰੋਕਰ ਕਹਿੰਦਾ ਸਟੇਟ ਤੋਂ ਲਾ ਸਕਦੇ ਹਾਂ, ਪਰ ਕੰਪਨੀ ਬੰਦ ਨਿਕਲੀ, ਖੜਾ ਆਪਣਾ ਧਵਾਉਣ ਵਾਲਾ ਹੋਇਆ, ਬਹੁਤ ਗੰਦਾ ਹੋਇਆ। ਵਿਊ ਵਧੀਆ ਇੱਥੇ, ਚਲੋ ਕੱਲ੍ਹ ਨੂੰ ਸਵੇਰ ਨੂੰ ਲੋਡ ਲਾ ਕੇ ਫਿਰ ਹੋਰ ਲੋਡ ਚੱਕਾਂਗੇ, ਨਿਕਲਾਂਗੇ ਜਰਸੀ ਦਾ ਲੋਡ ਕਰਾਂਗੇ, ਕੱਲ੍ਹ ਨੂੰ ਦੇਖਾਂਗੇ। ਕਿੱਦਾਂ ਜੀ, ਸਤਿ ਸ਼੍ਰੀ ਅਕਾਲ ਜੀ। ਲੋਡ ਲਾ ਕੇ ਚੱਕ ਕੇ ਫਿਰ ਵਰਜੀਨੀਆ 'ਚੋਂ ਵਾਪਸ ਘਰ ਨੂੰ ਯਾਰਡ ਵੱਲ ਨੂੰ ਆ ਗਿਆ ਮੈਂ। ਐਕਚੁਲੀ ਹੋਇਆ ਕਿ ਬਿਜ਼ੀ ਬਹੁਤ ਸੀਗਾ ਅਤੇ ਫੋਨ 'ਤੇ ਫੋਨ ਚੜ੍ਹੇ ਆਉਂਦੇ ਹੈਗੇ ਅਤੇ ਮੋਬਾਈਲ 'ਤੇ ਵੀਡੀਓ ਬਣਦੀ ਨਹੀਂ ਪਈ ਸੀਗੀ, ਫੋਨ ਹੀ ਬਹੁਤ ਆਉਂਦੇ ਪਏ ਸੀਗੇ, ਤਾਂ ਕਰਕੇ ਵੀਡੀਓ ਨਹੀਂ ਬਣੀ। ਸੋ ਨੈਕਸਟ ਈਅਰ ਨੈਕਸਟ ਵੀਕ ਸੋਰੀ ਤੁਹਾਨੂੰ ਵਧੀਆ ਵੀਡੀਓ ਬਣਾ ਕੇ ਮੈਂ ਆਊਂਗਾ। ਮੈਂ ਅੱਜ ਨਵਾਂ ਨਵਾਂ ਲੱਗਾ ਹਾਂ ਇਸ ਕਰਕੇ ਵੀ ਤੁਸੀਂ ਸਮਝ ਸਕਦੇ ਹਾਂ, ਮੈਨੂੰ ਹਜੇ ਪ੍ਰੋਪਰ ਬੋਲਣਾ ਵੀ ਨਹੀਂ ਆਉਂਦਾ ਨਹੀਂ ਹੈਗਾ ਕੀ ਕਹਿਣਾ ਚਾਹੀਦਾ ਕਿੱਦਾਂ, ਪਰ ਤੁਸੀਂ ਸਾਰੇ ਜਣੇ ਸਹਿਯੋਗ ਦਿਓ ਆਪਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ। ਆਪਣੀ ਯਾਰਡ 'ਚ ਆਪਾਂ ਆ ਗਏ ਇੱਥੇ, ਹੁਣ ਟਰੱਕ ਲਾ ਲਿਆ ਪਾਰਕ, ਸਮਾਨ ਕੱਢ ਲਿਆ ਵਿੱਚੋਂ, ਹੁਣ ਚੰਗਾ ਵੀ ਫਿਰ ਝੁੱਟਿਆ। ਓਕੇ ਬਾਏ, ਮਿਲਦੇ ਹਾਂ ਫਿਰ ਮੁੰਡੇ ਨੂੰ। ਹੁਣ ਵੈਸੇ ਆਊਂਗਾ ਇੱਕ ਦਿਨ ਪਹਿਲਾਂ ਸਫਾਈ ਸਫੂਈ ਕਰਨ ਟਰੱਕ ਦੀ, ਅਤੇ ਇੱਕ ਹੋਰ ਆ ਗਿਆ ਵੀ ਨਾਲ ਦਾ, ਇਹ ਬਾਈ ਨੇ ਵੀ ਬਾਬੇ ਨਾਲ ਦਾ ਟਰੱਕ ਆ, ਬਹੁਤ ਸੋਹਣਾ ਟਰੱਕ ਬਣਾਇਆ ਬਾਈ ਨੇ, ਬਹੁਤ ਸੋਹਣਾ। ਸਪੈਨ ਆਇਆ ਹੈ, ਬਹੁਤ ਸੋਹਣਾ ਟਰੱਕ ਬਣਾਇਆ ਬਾਈ ਨੇ ਵੀ। ਆਪਣੇ ਟਰੱਕ ਦੀ ਵੀ ਡੀਮ ਆਪਣਾ ਲਵਾਂਗੇ, ਦੇਖਾਂਗੇ ਬਾਬਾ ਜੀ ਦੀ ਕਿਰਪਾ ਨਾਲ। ਕਿਨਵਾਰਥ 9W900 ਇੱਕ ਦੇਖਿਆ ਹੋਇਆ ਆ, ਉਹ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਜਦੋਂ ਲੈ ਲਿਆ। ਇਹ ਸੇਲ 'ਤੇ ਲਾਇਆ ਆ ਮੈਂ, ਕਿਤਨੇ ਵਿਕ ਗਿਆ, ਬਸ ਉੱਦਣ ਹੀ ਚੱਕ ਲੈਣਾ ਆਪਾਂ ਉਹ 9W900 ਕਿਨਵਾਰਥ। ਯਾਰਡ ਨੂੰ ਆਈ ਜਾਂਦੇ ਆ ਉਹ, ਦੋ ਹੋਰ ਜਾਣੇ ਆ ਗਏ ਆ ਗੇੜਾ ਲਾ ਕੇ, ਵੀਕਐਂਡ ਵੀਕਐਂਡ 'ਤੇ ਆਈ ਜਾਂਦੇ ਸਾਰੇ। ਹੁਣ ਜਾਣਾ ਆ ਗਰੋਸਰੀ ਸਟੋਰ ਜਾਣਾ ਮੈਂ, ਥੋੜ੍ਹੀ ਜਿਹੀ ਗਰੋਸਰੀ ਲੈ ਕੇ ਜਾਣੀ ਆ। ਮੇਰੀ ਡਾਟਰ ਕਹਿੰਦੀ ਹੈ ਡੈਡਾ ਚੋਕਲੇਟ ਲੈ ਕੇ ਆਈ, ਉਹਦੇ ਵਾਸਤੇ ਥੋੜ੍ਹੀ ਜਿਹੀ ਚੋਕਲੇਟ ਲਾਊਂਗਾ, ਆਈਸਕ੍ਰੀਮ ਲਾਊਂਗਾ, ਫਿਰ ਘਰ ਜਾਊਂਗਾ ਮੈਂ। ਚਲੋ ਜੀ, ਠੀਕ ਹੈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਪਣਾ ਆਪਣਾ ਸਾਰੇ ਜਣੇ ਖਿਆਲ ਰੱਖਣ, ਅਤੇ ਮਿਲਦੇ ਤੁਹਾਨੂੰ ਫਿਰ ਅਗਲੇ ਬਲੌਗ 'ਚ ਜੀ, ਬਹੁਤ ਜਲਦ। ਓਕੇ ਜੀ।